ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਪਰ ਸਰਕਾਰ ਦੇ ਕੁਚੱਜੇ ਪ੍ਰਬੰਧਾਂ ਦੇ ਚੱਲਦਿਆਂ ਤੇ ਠੇਕੇਦਾਰੀ ਸਿਸਟਮ ਕਾਰਨ ਇਹਨਾਂ ਕਰਕੇ ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ। ਆਮ ਲੋਕ ਇਸ ਸਭ ਲਈ ਸਰਕਾਰ ਨੂੰ ਹੀ ਦੋਸ਼ੀ ਠਹਿਰਾ ਰਹੇ ਨੇ। ਪਰ ਜਦੋਂ ਇਸ ਮਾਮਲੇ ਵਿੱਚ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਕਾਸ ਕਾਰਜ ਚੱਲਣ ਸਮੇਂ ਥੋੜੀ ਬਹੁਤੀ ਪਰੇਸ਼ਾਨੀ ਤਾਂ ਸਭ ਨੂੰ ਆਉਂਦੀ ਹੀ ਹੈ। ਸੀਵਰੇਜ ਪੈ ਰਿਹਾ ਪਰ ਪਾਈਪ ਇੰਨਾ ਕੁ ਛੋਟਾ ਪਾ ਰਹੇ ਆ ਇਹ, ਜਿਹਦੇ ਵਿੱਚੋਂ ਪਾਣੀ ਤਾਂ ਲੰਘ ਹੀ ਨਹੀਂ ਸਕਦਾ, ਥੋੜ੍ਹਾ ਜਿਹਾ ਕਚਰਾ ਵਿੱਚ ਪਾ ਜਾਵੇ ਉਹ ਬਲੌਕ ਹੋ ਜਾਊਗਾ। ਇਹ ਤਾਂ ਪੈਸੇ ਖਾਣ ਦਾ ਕੰਮ ਕਰਿਆ ਹੋਇਆ। ਇਹਨਾਂ ਨੇ ਸੜਕ ਨੂੰ ਪੱਟ ਕੇ ਸਾਰੇ ਬਿਜ਼ਨਸ ਖਰਾਬ ਕੀਤੇ ਆ। ਦੇਖੋ ਸਾਡਾ ਖਾਣ ਪੀਣ ਦਾ ਇੱਥੇ ਕਾਰੋਬਾਰ ਆ, ਹਰ ਵਕਤ ਸਾਡੇ ਕੱਪੜਾ ਹੱਥ 'ਚ ਰਹਿੰਦਾ ਅਤੇ ਉਹ ਦੇਖੋ ਪਾਣੀ ਛਿੜਕ ਰਹੇ ਹਾਂ ਸਾਰੇ, ਅਸੀਂ ਪਾਣੀ ਛਿੜਕ ਛਿੜਕ ਕੇ ਕਰਦੇ ਹਾਂ। ਇਹਨਾਂ ਨੇ ਬਿਜ਼ਨਸ ਬਿਲਕੁਲ ਖਰਾਬ ਕਰਿਆ ਹੋਇਆ। ਇਹ ਸਰਕਾਰ ਨੇ ਇੰਨਾ ਕੁ ਮਾੜਾ ਇਸ ਚਮਕੌਰ ਸਾਹਿਬ ਦਾ ਹਾਲ ਕੀਤਾ, ਕੋਈ ਹੱਦ ਨਹੀਂ। ਤੁਸੀਂ ਆ ਸਿਰੇ ਤੋਂ ਸਿਰੇ ਤੱਕ ਮਰੰਡੇ ਤੱਕ 15-20 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਸਾਰਾ ਤੁਹਾਨੂੰ ਇਸ ਤਰ੍ਹਾਂ ਦਾ ਹੀ ਨਜ਼ਰ ਆਊਗਾ, ਪੱਟਿਆ ਕੋਈ ਟਰੱਕ ਸਭ, ਐਕਸੀਡੈਂਟਾਂ ਦਾ ਕੋਈ ਅੰਤ ਨਹੀਂ ਹੈਗਾ। 15 ਦਿਨਾਂ ਤੋਂ ਚੱਲ ਰਿਹਾ, ਜਿੱਥੇ ਮਿੱਟੀ ਪਈ ਆ ਸੜਕ ਦੇ ਉੱਤੇ ਮਿੱਟੀ ਪਈ ਆ, ਕੋਈ ਨਹੀਂ ਚੱਕਦਾ ਮਿੱਟੀ ਨੂੰ, ਜਿੱਦਣ ਮੀਂਹ ਪੈ ਗਿਆ ਗਰਦ ਹੋ ਜਾਣੀ ਹੈ, ਉੱਥੇ ਚਿੱਕੜ ਹੋ ਜਾਣਾ, ਐਕਸੀਡੈਂਟ ਹੋਣ ਦਾ ਖਤਰਾ ਆ। ਮਿੱਟੀ ਦਾ ਢੇਰ ਕੋਈ ਨਹੀਂ, ਥੋੜ੍ਹੀ ਬਹੁਤ ਪ੍ਰੋਡਕਸ਼ਨ ਲਾਈ ਹੋਈ ਹੈ, ਉਹਦੀ ਬੰਦਾ ਗਿਰ ਨਾ ਜਾਵੇ, ਠੀਕ ਹੈ। ਉਹਦੇ ਕਰਕੇ ਲਾਏ ਹੋਏ ਨੇ, ਪਲਸਤਰ ਹੋ ਰਿਹਾ ਅਤੇ ਉਹਨਾਂ 'ਤੇ ਕੱਲ੍ਹ ਜਾਂ ਪਰਸੋਂ ਸਲੈਬ ਪੈ ਜੇ। ਜੋ ਸਾਈਜ਼ ਛੋਟਾ ਹੈ ਉਹਦਾ ਟੈਕਨੀਕਲ ਜੋ ਸਾਡਾ ਡਿਪਾਰਟਮੈਂਟ ਹੈ ਉਹ ਕਰਦਾ ਡਿਸਾਈਡ, ਉਹ ਕੰਟਰੈਕਟਰ ਨਹੀਂ ਕਰਦਾ। ਜੋ ਸਾਡੇ ਡਿਪਾਰਟਮੈਂਟ ਨੇ ਸਾਨੂੰ ਸਾਈਜ਼ ਦਿੱਤਾ ਸੀ ਉਹਦੇ ਮੁਤਾਬਿਕ।